ਮੀਂਹ ਦੇ ਵਿੱਚ ਇੱਕ ਲੜਕੀ ਨੂੰ ਰੀਲ ਬਣਾਉਣੀ ਕਾਫੀ ਮਹਿੰਗੀ ਪੈ ਗਈ ਹੈ। ਦੱਸ ਦਈਏ ਕਿ ਹੁਣ ਇਹ ਲੜਕੀ ਨੂੰ ਇਹ ਰੀਲ ਹਮੇਸ਼ਾ ਦੇ ਲਈ ਯਾਦ ਵੀ ਰਹੇਗੀ। ਤਾਂ ਦੱਸ ਦਈਏ ਕਿ ਜਿਵੇਂ ਹੀ ਲੜਕੀ ਘਰ ਦੀ ਛੱਤ ਦੇ ਉੱਤੇ ਚੜ ਕੇ ਰੀਲ ਬਣਾ ਰਹੀ ਸੀ ਤਾਂ ਅਚਾਨਕ ਹੀ ਬਿਲਕੁਲ ਉਸਦੇ ਨਾਲ ਬਿਜਲੀ ਡਿੱਗ ਜਾਂਦੀ ਹੈ। ਹਾਲਾਂਕਿ ਧਮਾਕਾ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਲੜਕੀ ਮੌਕੇ ਤੋਂ ਭੱਜ ਜਾਂਦੀ ਹੈ ਅਤੇ ਵੀਡੀਓ ਹੁਣ ਉਸਦੀ ਸਾਹਮਣੇ ਆਈ ਹੈ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੜਕੀ ਜਿਵੇਂ ਹੀ ਪੈਂਦੇ ਮੀਂਹ ਦੇ ਵਿੱਚ ਰੀਲ ਬਣਾਉਣ ਦੇ ਲਈ ਐਕਸ਼ਨ ਕਰਦੀ ਹੈ ਤਾਂ ਪਿੱਛੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅਸਮਾਨੀ ਬਿਜਲੀ ਡਿੱਗਦੀ ਹੈ ਅਤੇ ਜਿਵੇਂ ਹੀ ਬਿਜਲੀ ਡਿੱਗਦੀ ਹੈ ਲੜਕੀ ਡਰਦੇ ਮਾਰਿਆਂ ਅੰਦਰ ਨੂੰ ਭੱਜ ਜਾਂਦੀ ਹੈ। ਜਿਸ ਤੋਂ ਬਾਅਦ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਲੋਕ ਮਸ਼ਹੂਰ ਹੋਣ ਦੇ ਲਈ ਜਿੱਥੇ ਸੋਸ਼ਲ ਮੀਡੀਆ ਦਾ ਇਸਤੇਮਾਲ ਜ਼ਿਆਦਾ ਕਰ ਰਹੇ ਨੇ ਉੱਥੇ ਹੀ ਕਈ ਵਾਰ ਅਜਿਹੀ ਹਰਕਤ ਉਹਨਾਂ ਦੀ ਜਾਨ ਦੇ ਉੱਤੇ ਵੀ ਭਾਰੀ ਪੈ ਜਾਂਦੀ ਹੈ। ਤਾਂ ਬਿਹਾਰ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ 13 ਸਾਲ ਦੀ ਲੜਕੀ ਘਰ ਦੀ ਛੱਤ ਦੇ ਉੱਤੇ ਚੜ੍ਹ ਕੇ ਰੀਲ ਬਣਾਉਣ ਲੱਗੀ ਤਾਂ ਪਿੱਛੋਂ ਆਸਮਾਨੀ ਬਿਜਲੀ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਧਮਾਕਾ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਲੜਕੀ ਡਰਦੇ ਮਾਰਿਆਂ ਅੰਦਰ ਭੱਜ ਜਾਂਦੀ ਹੈ। ਮੀਂਹ ਦੇ ਵਿੱਚ ਇੱਕ ਲੜਕੀ ਨੂੰ ਰੀਲ ਬਣਾਉਣੀ ਕਾਫੀ ਮਹਿੰਗੀ ਪੈ ਗਈ ਹੈ। ਦੱਸ ਦਈਏ ਕਿ ਹੁਣ ਇਹ ਲੜਕੀ ਨੂੰ ਇਹ ਰੀਲ ਹਮੇਸ਼ਾ ਦੇ ਲਈ ਯਾਦ ਵੀ ਰਹੇਗੀ। ਤਾਂ ਦੱਸ ਦਈਏ ਕਿ ਜਿਵੇਂ ਹੀ ਲੜਕੀ ਘਰ ਦੀ ਛੱਤ ਦੇ ਉੱਤੇ ਚੜ੍ਹ ਕੇ ਰੀਲ ਬਣਾ ਰਹੀ ਸੀ ਤਾਂ ਅਚਾਨਕ ਹੀ ਬਿਲਕੁਲ ਉਸਦੇ ਨਾਲ ਬਿਜਲੀ ਡਿੱਗ ਜਾਂਦੀ ਹੈ। ਹਾਲਾਂਕਿ ਧਮਾਕਾ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਲੜਕੀ ਮੌਕੇ ਤੋਂ ਭੱਜ ਜਾਂਦੀ ਹੈ ਅਤੇ ਵੀਡੀਓ ਹੁਣ ਉਸਦੀ ਸਾਹਮਣੇ ਆਈ ਹੈ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੜਕੀ ਜਿਵੇਂ ਹੀ ਪੈਂਦੇ ਮੀਂਹ ਦੇ ਵਿੱਚ ਰੀਲ ਬਣਾਉਣ ਦੇ ਲਈ ਐਕਸ਼ਨ ਕਰਦੀ ਹੈ ਤਾਂ ਪਿੱਛੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅਸਮਾਨੀ ਬਿਜਲੀ ਡਿੱਗਦੀ ਹੈ ਅਤੇ ਜਿਵੇਂ ਹੀ ਬਿਜਲੀ ਡਿੱਗਦੀ ਹੈ ਲੜਕੀ ਡਰਦੇ ਮਾਰਿਆਂ ਅੰਦਰ ਨੂੰ ਭੱਜ ਜਾਂਦੀ ਹੈ। ਜਿਸ ਤੋਂ ਬਾਅਦ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਲੋਕ ਮਸ਼ਹੂਰ ਹੋਣ ਦੇ ਲਈ ਜਿੱਥੇ ਸੋਸ਼ਲ ਮੀਡੀਆ ਦਾ ਇਸਤੇਮਾਲ ਜ਼ਿਆਦਾ ਕਰ ਰਹੇ ਨੇ ਉੱਥੇ ਹੀ ਕਈ ਵਾਰ ਅਜਿਹੀ ਹਰਕਤ ਉਹਨਾਂ ਦੀ ਜਾਨ ਦੇ ਉੱਤੇ ਵੀ ਭਾਰੀ ਪੈ ਜਾਂਦੀ ਹੈ। ਤਾਂ ਬਿਹਾਰ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ 13 ਸਾਲ ਦੀ ਲੜਕੀ ਘਰ ਦੀ ਛੱਤ ਦੇ ਉੱਤੇ ਚੜ੍ਹ ਕੇ ਰੀਲ ਬਣਾਉਣ ਲੱਗੀ ਤਾਂ ਪਿੱਛੋਂ ਆਸਮਾਨੀ ਬਿਜਲੀ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਧਮਾਕਾ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਲੜਕੀ ਡਰਦੇ ਮਾਰਿਆਂ ਅੰਦਰ ਭੱਜ ਜਾਂਦੀ ਹੈ। ਮੀਂਹ ਦੇ ਵਿੱਚ ਇੱਕ ਲੜਕੀ ਨੂੰ ਰੀਲ ਬਣਾਉਣੀ ਕਾਫੀ ਮਹਿੰਗੀ ਪੈ ਗਈ ਹੈ। ਦੱਸ ਦਈਏ ਕਿ ਹੁਣ ਇਹ ਲੜਕੀ ਨੂੰ ਇਹ ਰੀਲ ਹਮੇਸ਼ਾ ਦੇ ਲਈ ਯਾਦ ਵੀ ਰਹੇਗੀ। ਤਾਂ ਦੱਸ ਦਈਏ ਕਿ ਜਿਵੇਂ ਹੀ ਲੜਕੀ ਘਰ ਦੀ ਛੱਤ ਦੇ ਉੱਤੇ ਚੜ੍ਹ ਕੇ ਰੀਲ ਬਣਾ ਰਹੀ ਸੀ ਤਾਂ ਅਚਾਨਕ ਹੀ ਬਿਲਕੁਲ ਉਸਦੇ ਨਾਲ ਬਿਜਲੀ ਡਿੱਗ ਜਾਂਦੀ ਹੈ। ਹਾਲਾਂਕਿ ਧਮਾਕਾ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਲੜਕੀ ਮੌਕੇ ਤੋਂ ਭੱਜ ਜਾਂਦੀ ਹੈ ਅਤੇ ਵੀਡੀਓ ਹੁਣ ਉਸਦੀ ਸਾਹਮਣੇ ਆਈ ਹੈ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੜਕੀ ਜਿਵੇਂ ਹੀ ਪੈਂਦੇ ਮੀਂਹ ਦੇ ਵਿੱਚ ਰੀਲ ਬਣਾਉਣ ਦੇ ਲਈ ਐਕਸ਼ਨ ਕਰਦੀ ਹੈ ਤਾਂ ਪਿੱਛੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅਸਮਾਨੀ ਬਿਜਲੀ ਡਿੱਗਦੀ ਹੈ ਅਤੇ ਜਿਵੇਂ ਹੀ ਬਿਜਲੀ ਡਿੱਗਦੀ ਹੈ ਲੜਕੀ ਡਰਦੇ ਮਾਰਿਆਂ ਅੰਦਰ ਨੂੰ ਭੱਜ ਜਾਂਦੀ ਹੈ। ਜਿਸ ਤੋਂ ਬਾਅਦ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਲੋਕ ਮਸ਼ਹੂਰ ਹੋਣ ਦੇ ਲਈ ਜਿੱਥੇ ਸੋਸ਼ਲ ਮੀਡੀਆ ਦਾ ਇਸਤੇਮਾਲ ਜ਼ਿਆਦਾ ਕਰ ਰਹੇ ਨੇ ਉੱਥੇ ਹੀ ਕਈ ਵਾਰ ਅਜਿਹੀ ਹਰਕਤ ਉਹਨਾਂ ਦੀ ਜਾਨ ਦੇ ਉੱਤੇ ਵੀ ਭਾਰੀ ਪੈ ਜਾਂਦੀ ਹੈ। ਤਾਂ ਬਿਹਾਰ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ 13 ਸਾਲ ਦੀ ਲੜਕੀ ਘਰ ਦੀ ਛੱਤ ਦੇ ਉੱਤੇ ਚੜ੍ਹ ਕੇ ਰੀਲ ਬਣਾਉਣ ਲੱਗੀ ਤਾਂ ਪਿੱਛੋਂ ਆਸਮਾਨੀ ਬਿਜਲੀ ਡਿੱਗ ਜਾਂਦੀ ਹੈ ਜਿਸ ਤੋਂ ਬਾਅਦ ਧਮਾਕਾ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਲੜਕੀ ਡਰਦੇ ਮਾਰਿਆਂ ਅੰਦਰ ਭੱਜ ਜਾਂਦੀ ਹੈ।
ਮੀਂਹ ਦੇ ਵਿੱਚ ਇੱਕ ਲੜਕੀ ਨੂੰ ਰੀਲ ਬਣਾਉਣੀ ਕਾਫੀ ਮਹਿੰਗੀ ਪੈ ਗਈ ਹੈ। ਦੱਸ ਦਈਏ ਕਿ ਹੁਣ ਇਹ ਲੜਕੀ ਨੂੰ ਇਹ ਰੀਲ ਹਮੇਸ਼ਾ ਦੇ ਲਈ ਯਾਦ ਵੀ ਰਹੇਗੀ। ਤਾਂ ਦੱਸ ਦਈਏ ਕਿ ਜਿਵੇਂ ਹੀ ਲੜਕੀ ਘਰ ਦੀ ਛੱਤ ਦੇ ਉੱਤੇ ਚੜ ਕੇ ਰੀਲ ਬਣਾ ਰਹੀ ਸੀ ਤਾਂ ਅਚਾਨਕ ਹੀ ਬਿਲਕੁਲ ਉਸਦੇ ਨਾਲ ਬਿਜਲੀ ਡਿੱਗ ਜਾਂਦੀ ਹੈ। ਹਾਲਾਂਕਿ ਧਮਾਕਾ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਲੜਕੀ ਮੌਕੇ ਤੋਂ ਭੱਜ ਜਾਂਦੀ ਹੈ ਅਤੇ ਵੀਡੀਓ ਹੁਣ ਉਸਦੀ ਸਾਹਮਣੇ ਆਈ ਹੈ ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਲੜਕੀ ਜਿਵੇਂ ਹੀ ਪੈਂਦੇ ਮੀਂਹ ਦੇ ਵਿੱਚ ਰੀਲ ਬਣਾਉਣ ਦੇ ਲਈ ਐਕਸ਼ਨ ਕਰਦੀ ਹੈ ਤਾਂ ਪਿੱਛੋਂ ਸਾਫ਼ ਦੇਖਿਆ ਜਾ ਸਕਦਾ ਹੈ ਕਿ ਅਸਮਾਨੀ ਬਿਜਲੀ ਡਿੱਗਦੀ ਹੈ ਅਤੇ ਜਿਵੇਂ ਹੀ ਬਿਜਲੀ ਡਿੱਗਦੀ ਹੈ ਲੜਕੀ ਡਰਦੇ ਮਾਰਿਆਂ ਅੰਦਰ ਨੂੰ ਭੱਜ ਜਾਂਦੀ ਹੈ। ਜਿਸ ਤੋਂ ਬਾਅਦ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫ਼ੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤਾਂ ਦੱਸ ਦਈਏ ਕਿ ਲੋਕ ਮਸ਼ਹੂਰ ਹੋਣ ਦੇ ਲਈ ਜਿੱਥੇ ਸੋਸ਼ਲ ਮੀਡੀਆ ਦਾ ਇਸਤੇਮਾਲ ਜ਼ਿਆਦਾ ਕਰ ਰਹੇ ਨੇ ਉੱਥੇ ਹੀ ਕਈ ਵਾਰ ਅਜਿਹੀ ਹਰਕਤ ਉਹਨਾਂ ਦੀ ਜਾਨ ਦੇ ਉੱਤੇ ਵੀ ਭਾਰੀ ਪੈ ਜਾਂਦੀ ਹੈ। ਤਾਂ ਬਿਹਾਰ ਤੋਂ ਇਹ ਵੀਡੀਓ ਸਾਹਮਣੇ ਆਈ ਹੈ ਜਿੱਥੇ ਕਿ ਇੱਕ 13 ਸਾਲ ਦੀ ਲੜਕੀ ਘਰ ਦੀ ਛੱਤ ਦੇ ਉੱਤੇ ਚੜ ਕੇ ਰੀਲ ਬਣਾਉਣ ਲੱਗੀ ਤਾਂ ਪਿੱਛੋਂ ਆਸਮਾਨੀ ਬਿਜਲੀ ਡਿੱਗ ਜਾਂਦੀ ਹੈ। ਜਿਸ ਤੋਂ ਬਾਅਦ ਧਮਾਕਾ ਇੰਨਾ ਜ਼ਬਰਦਸਤ ਹੁੰਦਾ ਹੈ ਕਿ ਲੜਕੀ ਡਰਦੇ ਮਾਰਿਆਂ ਅੰਦਰ ਭੱਜ ਜਾਂਦੀ ਹੈ।